ਜਿੱਦਾਂ ਮੰਨ ਲਓ ਕੋਈ ਬੰਦਾ ਯਾਰ ਹੋਸਪਿਟਲ ਦੇ ਵਿੱਚ ਚਲ ਜਾਂਦਾ ਹੈ, ਹੈ ਨਾ, ਉੱਥੇ ਜਾ ਕੇ ਉਹਨੂੰ ਪਤਾ ਲੱਗਦੀ ਆ ਆਪਣੀ ਬੋਡੀ ਦੀ ਅਹਿਮੀਅਤ, ਆਪਣੀ ਸਿਹਤ ਦੀ ਅਹਿਮੀਅਤ। ਰੱਬ ਨਾ ਕਰੇ ਤੁਸੀਂ ਕੱਲ੍ਹ ਨੂੰ ਨਾ ਬਿਮਾਰ ਹੋਵੋ, ਬਟ ਜੇ ਹੋਏ ਉਦੋਂ ਤੁਹਾਨੂੰ ਪਤਾ ਲੱਗਣੀ ਆ ਆਪਣੀ ਬੋਡੀ, ਆਪਣੇ ਸਰੀਰ ਦੀ ਅਸਲੀ ਅਹਿਮੀਅਤ ਜਦੋਂ ਦਵਾਈਆਂ ਖਾਣੀਆਂ ਪੈਂਦੀਆਂ ਆ। ਅਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ। ਵੈਲਕਮ ਆ ਜੀ ਆਪਣੇ ਯੂਟਿਊਬ ਚੈਨਲ ਦੇ ਉੱਤੇ, ਜਿਹਦਾ ਨਾਮ ਆ ਜੀ ਫਿੱਟ ਟਰੱਕਰ। ਅਤੇ ਜਿੱਦਾਂ ਤੁਸੀਂ ਸਾਰਿਆਂ ਨੇ ਟਾਈਟਲ ਦਾ ਵੀਡੀਓ ਦਾ ਦੇਖ ਕੇ ਲਿਆ ਆ ਕਿ ਯੈਸ ਵੀ ਆਰ ਈਟਿੰਗ ਫਾਸਟ ਫੂਡ ਐਂਡ ਲੂਜ਼ਿੰਗ ਵੇਟ। ਅਤੇ ਹੁਣੇ ਹੁਣੇ ਮੈਂ ਆਪਣਾ ਬ੍ਰੇਕਫਾਸਟ ਚੱਕ ਕੇ ਲੈ ਕੇ ਆਇਆ ਟਿਮ ਹੋਟਨ ਤੋਂ। ਉਹ ਮੇਰੇ ਮਗਰ ਟਿਮ ਹੋਟਨ ਆ, ਉਹ ਜਿਹੜੀ ਆ ਭੂਰੀ ਜੀ ਬਿਲਡਿੰਗ ਆ ਉਹ ਟਿਮ ਹੋਟਨ ਆ। ਅਤੇ ਤੁਸੀਂ ਪਹਿਲਾਂ ਇੰਟਰੋ ਦੇਖੋ, ਫਿਰ ਮੈਂ ਤੁਹਾਨੂੰ ਦਿਖਾਉਣਾ ਕਿ ਮੈਂ ਬ੍ਰੇਕਫਾਸਟ ਦੇ ਵਿੱਚ ਚੱਕ ਕੇ ਕੀ ਲੈ ਕੇ ਆਇਆ। ਤੋਂ ਪਹਿਲਾਂ ਮੈਂ ਤੁਹਾਨੂੰ ਰੀਜ਼ਨ ਦੱਸ ਦੇਵਾਂ ਕਿ ਇੰਨੇ ਚਿਰ ਦੀਆਂ ਵੀਡੀਓਜ਼ ਕਿਉਂ ਨਹੀਂ ਆ ਰਹੀਆਂ, ਹੈ ਨਾ, ਆਪਣੇ ਚੈਨਲ 'ਤੇ। ਸੋ ਉਹਦਾ ਰੀਜ਼ਨ ਇਹ ਆ ਕਿ ਟੈਕਨੀਕਲ ਇਸ਼ੂ ਆ ਗਿਆ ਸੀਗਾ, ਟੈਕਨੀਕਲ ਇਸ਼ੂ, ਬੜਾ ਜ਼ਿਆਦਾ ਨਿਕੰਮਾ ਜਿਹਾ ਟੈਕਨੀਕਲ ਇਸ਼ੂ ਸੀਗਾ, ਇੱਦਾਂ ਦਾ ਕਿਸੇ ਨਾਲ ਨਹੀਂ ਆਇਆ ਹੋਣਾ ਅੱਜ ਤੱਕ। ਸੋ ਮੇਰਾ ਚੱਕਰ ਕੀ ਆ, ਮੈਂ ਕਰਦਾ ਹੁੰਦਾ ਹਾਂ ਐਡੀਟਿੰਗ ਆਪਣੀ ਆਹ ਵਾਲੇ ਫੋਨ ਦੇ ਵਿੱਚ, ਅਤੇ ਆਹ ਵਾਲੇ ਫੋਨ ਦੇ ਵਿੱਚ ਐਡੀਟਿੰਗ ਕਰਦਾ ਹੁੰਦਾ ਹਾਂ। ਇਹਦੇ ਵਿੱਚ ਮੈਮਰੀ ਕਾਰਡ ਪੈਂਦਾ ਆ, ਸੋ ਇਹਨੂੰ ਮੈਂ ਇਹਦੇ ਵਿੱਚ ਪਾ ਕੇ, ਸੋ ਵੀਡੀਓਜ਼ ਇਹਦੇ ਵਿੱਚ ਆ ਜਾਂਦੀਆਂ, ਸੋ ਇਹਦੇ ਵਿੱਚ ਐਡੀਟਿੰਗ ਕਰ ਲੈਂਦਾ ਹੁੰਦਾ। ਅਤੇ ਕਿਸੇ ਦਿਨ ਮੈਂ ਮੈਮਰੀ ਕਾਰਡ ਚੇਂਜ ਕਰਨ ਲੱਗੇ ਨੇ, ਆਹ ਵਾਲਾ ਯੰਤਰ ਜਿਹੜਾ ਆ ਇਹ ਆਪਣਾ ਗਵਾਤਾ ਸੀਗਾ, ਸੋ ਇਹਨੂੰ ਮੈਂ ਦੁਬਾਰਾ ਈਬੇ ਤੋਂ ਆਰਡਰ ਕੀਤਾ ਆ, ਹੁਣ ਆਇਆ ਆ। ਅਤੇ ਹੁਣ ਮੈਂ ਆਪਣੀਆਂ ਵੀਡੀਓਜ਼ ਐਡਿਟ ਕਰੂੰਗਾ ਅਤੇ ਐਡਿਟ ਕਰਕੇ ਪੋਸਟ ਕਰ ਦਿਆਂਗੇ ਆਪਾਂ ਯੂਟਿਊਬ 'ਤੇ। ਫਿਰ ਕੀ ਆਇਆ, ਆਪਣਾ ਹੀ ਚੈਨਲ, ਆਪਣੇ ਹੀ ਬੰਦੇ ਦੇਖਦੇ ਆ, ਸੋ ਥੋੜ੍ਹਾ ਬਹੁਤਾ ਸਬਰ ਤਾਂ ਕਰ ਲੈਣਾ ਚਾਹੀਦਾ। ਸੋ ਹੁਣ ਤੋਂ ਵੀਡੀਓ ਰੈਗੂਲਰ। ਓਕੇ, ਸੋ ਰਾਤ ਮੈਂ ਆਹ ਵਾਲੇ ਫਲਾਇੰਗ ਜੇ 'ਤੇ ਸੁੱਤਾ ਸੀਗਾ, ਅਤੇ ਫਲਾਇੰਗ ਜੇ ਦੇ ਨਾਲ ਹੀ ਆ ਉਹ ਜਿਹੜਾ ਆ ਟਿਮ ਹੋਟਨ ਆ। ਅਤੇ ਮੈਂ ਇੱਥੋਂ ਫਲਾਇੰਗ ਜੇ ਤੋਂ ਫਰੈਸ਼ ਫਰੁਸ਼ ਹੋ ਕੇ ਟਿਮ ਹੋਟਨ ਦਾ ਆਪਣਾ ਬ੍ਰੇਕਫਾਸਟ ਚੱਕ ਕੇ ਲੈ ਕੇ ਆਇਆ। ਅਤੇ ਬ੍ਰੇਕਫਾਸਟ ਦੇ ਵਿੱਚ ਮੈਂ ਲੈ ਕੇ ਆਇਆ ਜੀ 2 ਟਮਾਟਿਨ ਕਲਾਸਿਕ, ਇਹਦੇ ਵਿੱਚ ਹੈਗਾ ਆ ਜੀ ਇੰਗਲਿਸ਼ ਮਫਿਨ, ਅਤੇ ਨਾਲ ਚੀਜ਼ ਆ, ਆ ਐੱਗ ਆ, ਆ ਸੌਸੇਜ ਪੈਟੀ ਆ। ਅਤੇ ਇਹਦੇ ਵਿੱਚ ਵੀ ਬਿਲਕੁਲ ਸੇਮ ਆ, ਇੰਗਲਿਸ਼ ਮਫਿਨ, ਐੱਗ, ਸੌਸੇਜ ਪੈਟੀ, ਅਤੇ ਨਾਲ ਇੱਕ ਹੈਗਾ ਆ ਹਾਇਸ਼ ਬਰਾਊਨ ਜਿਹਨੂੰ ਕਹਿੰਦੇ ਆ ਆਲੂ ਦੀ ਟਿੱਕੀ। ਅਤੇ ਇਹ ਆ ਜੀ ਮੇਰਾ ਬ੍ਰੇਕਫਾਸਟ, ਅਤੇ ਨਾਲ ਮੈਂ ਚੱਕੀ ਆ ਇਹਦੇ ਬਲੈਕ ਕੌਫੀ। ਸੋ ਹੁਣ ਮੈਂ ਆਪਣਾ ਬ੍ਰੇਕਫਾਸਟ ਕਰੂੰਗਾ, ਬ੍ਰੇਕਫਾਸਟ ਕਰਕੇ ਦੈਨ ਮੈਂ ਜਾਊਂਗਾ ਪਿਕਅਪ 'ਤੇ। ਪਿਕਅਪ ਇੱਥੋਂ ਹੈਗੀ ਆ ਕੋਈ 2 ਘੰਟੇ ਦੀ ਵਾਟ 'ਤੇ। ਅਤੇ ਆਪਣਾ ਜਿਹੜਾ ਫਾਸਟ ਫੂਡ ਖਾਣ ਦਾ ਮੇਨ ਰੀਜ਼ਨ ਇਹ ਆ ਫੈਟ ਲੋਸ ਦੇ ਵਿੱਚ, ਬਿਕੋਜ਼ ਜਦੋਂ ਆਪਾਂ ਫੈਟ ਲੋਸ ਜਰਨੀ ਆਪਣੀ ਸ਼ੁਰੂ ਕਰਦੇ ਹਾਂ, ਹੈ ਨਾ, ਅਤੇ ਆਪਣਾ ਬਾਹਰੋਂ ਖਾਣ ਨੂੰ ਬਹੁਤ ਜ਼ਿਆਦਾ ਜੀ ਕਰਨ ਲੱਗ ਪੈਂਦਾ ਹੁੰਦਾ ਆ। ਸੋ ਜੇ ਆਪਾਂ ਆਪਣੀ ਡਾਈਟ ਦੇ ਵਿੱਚ ਹੀ, ਹੈ ਨਾ, ਐਡਜਸਟ ਕਰ ਲਵਾਂਗੇ ਕੋਈ ਫਾਸਟ ਫੂਡ ਜਿਹੜਾ ਜਾਂ ਆਪਾਂ ਨੂੰ ਫੂਡ ਪਸੰਦ ਆ, ਅਤੇ ਉਹਦੇ ਨਾਲ ਕੀ ਆਪਾਂ ਨੂੰ ਡਾਈਟ ਕਰਨੀ ਥੋੜ੍ਹੀ ਜ਼ਿਆਦਾ ਈਜ਼ੀ ਹੋ ਜੂਗੀ। ਅਤੇ ਮੈਂ ਸਾਰਾ ਦਿਨ ਫਾਸਟ ਫੂਡ ਹੀ ਨਹੀਂ ਖਾਊਂਗਾ, ਹੈ ਨਾ, ਅਤੇ ਇਹ ਮੇਰਾ ਬ੍ਰੇਕਫਾਸਟ ਆ। ਸੋ ਇਹਦੇ ਵਿੱਚ ਸਵੇਰੇ ਸਵੇਰੇ ਮੈਂ ਫਾਸਟ ਫੂਡ ਖਾ ਲਿਆ, ਸੋ ਉਹਦੇ ਨਾਲ ਕੀ ਆ ਜਿਹੜੀਆਂ ਮੇਰੀਆਂ ਕਰੇਵਿੰਗਸ ਆ, ਜਿਹੜੀਆਂ ਮੈਨੂੰ ਸਾਰੀ ਦਿਹਾੜੀ ਬਾਹਰੋਂ ਖਾਣ ਨੂੰ ਜੀ ਕਰਨਾ ਆ, ਉਹ ਫਿਨਿਸ਼ ਹੋ ਜੂਗੀਆਂ। ਅਤੇ ਇਹਦੇ ਨਾਲ ਇੱਕ ਨੁਕਸਾਨ ਵੀ ਇਹ ਆ ਕਿ ਲਾਈਕ ਜੇ ਜਦੋਂ ਤੁਸੀਂ ਬਾਹਰੋਂ ਖਾ ਲੈਂਦੇ ਆ, ਫਿਰ ਤੁਹਾਡਾ ਹੋਰ ਜ਼ਿਆਦਾ ਬਾਹਰੋਂ ਖਾਣ ਨੂੰ ਜੀ ਕਰਦਾ ਰਹਿੰਦਾ ਆ। ਅਤੇ ਇਹ ਹੁਣ 2 ਤਰ੍ਹਾਂ ਦਾ ਆ, ਜੇ ਤੁਹਾਡਾ ਹੈ ਨਾ ਇੱਕ ਵਾਰੀ ਖਾ ਕੇ ਤੁਸੀਂ ਸੈਟੀਸਫਾਈ ਹੋ ਜਾਂਦੇ ਆ, ਦੈਨ ਸਵੇਰੇ ਸਵੇਰੇ ਬ੍ਰੇਕਫਾਸਟ ਦੇ ਵਿੱਚ ਆਪਣਾ ਫਾਸਟ ਫੂਡ ਖਾਓ, ਦੈਨ ਸਾਰਾ ਦਿਨ ਆਪਣੀ ਬਾਕੀ ਦੀ ਡਾਈਟ ਜਿਹੜੀ ਆ ਉਹ ਕੰਟੀਨਿਊ ਕਰੋ। ਜੇ ਤੁਹਾਨੂੰ ਇੱਦਾਂ ਹੁੰਦਾ ਆ ਕਿ ਤੁਸੀਂ ਇੱਕ ਵਾਰੀ ਫਾਸਟ ਫੂਡ ਖਾ ਲਿਆ, ਦੈਨ ਫਿਰ ਦੁਬਾਰਾ ਤੁਹਾਡਾ ਖਾਣ ਨੂੰ ਜੀ ਕਰੀ ਜਾਂਦਾ, ਫਾਸਟ ਫੂਡ ਵਗੈਰਾ ਖਾਣ ਨੂੰ ਜੀ ਕਰੀ ਜਾਂਦਾ, ਤੁਹਾਨੂੰ ਕਰੇਵਿੰਗ ਹੋਈ ਜਾਂਦੀਆਂ ਉਸ ਚੀਜ਼ ਦੀਆਂ। ਸੋ ਪਹਿਲਾਂ ਆਪਣਾ ਸਾਰਾ ਦਿਨ ਡਾਈਟ ਫਿਨਿਸ਼ ਕਰੋ, ਦੈਨ ਐਂਡਲਾ ਮੀਲ ਜਿਹੜਾ ਆ ਉਹ ਆਪਣਾ ਫਾਸਟ ਫੂਡ ਰੱਖ ਲਓ। ਸੋ ਉਹਦੇ ਨਾਲ ਕੀ ਆ ਕਿ ਤੁਹਾਨੂੰ ਡਾਇਟ ਕਰਨੀ ਵੀ ਈਜ਼ੀ ਹੋ ਜੂਗੀ, ਇੱਕ ਤੁਹਾਨੂੰ ਹੁਣ ਸਾਰਾ ਦਿਨ ਲਾਈਕ ਉਸ ਚੀਜ਼ 'ਤੇ ਫੋਕਸ ਰਹੂਗਾ ਕਿ ਹਾਂ ਮੇਰਾ ਲਾਸਟ ਮੀਲ ਜਿਹੜਾ ਆ ਉਹ ਫਾਸਟ ਫੂਡ ਆ, ਸੋ ਮੈਂ ਆਹ ਵਾਲਾ ਆਪਣਾ ਮੀਲ ਫਿਨਿਸ਼ ਕਰਕੇ ਲਾਸਟ ਮੀਲ 'ਤੇ ਪਹੁੰਚਾਂ, ਸੋ ਦੈਟ ਉਦੋਂ ਨੂੰ ਜਾ ਕੇ ਜਿਹੜੀ ਚੀਜ਼ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਉਹ ਮੈਂ ਖਾ ਸਕਾਂ। ਅਤੇ ਜ਼ਰੂਰੀ ਨਹੀਂ ਆ ਕਿ ਜੋ ਮੈਂ ਖਾਣਾ ਤੁਸੀਂ ਉਹੀ ਖਾ ਸਕਦੇ ਆ, ਅਤੇ ਬਿਕੋਜ਼ ਮੈਂ ਇਸ ਟਾਈਮ ਕਰਦਾ ਪਿਆ ਹਾਂ 2300 ਕੈਲਰੀਜ਼ ਦੀ ਡਾਈਟ 'ਤੇ, ਹੈ ਨਾ, ਅਤੇ ਨਾਲ ਦੀ ਨਾਲ ਜਿੱਦਾਂ ਜਿੱਦਾਂ ਮੈਂ ਤੁਹਾਨੂੰ ਮੀਲ ਦਿਖਾਈ ਜਾਊਂਗਾ ਉਹਦੇ ਥੱਲੇ ਕੈਲਰੀਜ਼ ਉਹਦੇ ਮੈਕਰੋਜ਼ ਜਾਣ ਕੇ ਜਿੱਦਾਂ ਕਾਰਬ, ਪ੍ਰੋਟੀਨ ਅਤੇ ਫੈਟ ਵੀ ਨਾਲੋਂ ਨਾਲ ਆਈ ਜਾਊਗੇ। ਸੋ ਉਹਦੇ ਨਾਲ ਕੀ ਆ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਮੈਂ ਕਿੰਨਾ ਖਾਣਾ ਪਿਆ ਹਾਂ। ਅਤੇ ਜੇ ਤੁਸੀਂ ਸੇਮ ਡਾਈਟ ਫੋਲੋ ਕਰਨਾ ਚਾਹੁੰਦੇ ਆ, ਸੇਮ ਡਾਈਟ ਫੋਲੋ ਕਰ ਸਕਦੇ ਹਾਂ। ਅਤੇ ਜਿੱਦਾਂ ਹੁਣ ਸੇਮ ਡਾਈਟ ਫੋਲੋ ਕਰਨ ਦਾ ਇੱਕ ਤਰੀਕਾ ਇਹ ਹੁੰਦਾ ਆ ਕਿ ਤੁਸੀਂ ਸੇਮ ਡਾਈਟ ਜੋ ਮੈਂ ਕਰਦਾ ਹਾਂ ਉਹਨੂੰ ਸਟਾਰਟ ਕਰੋ, ਦੈਨ ਵੀਕ ਬਾਅਦ ਜਾ ਕੇ ਆਪਣੀ ਬੋਡੀ ਦੇ ਵਿੱਚ ਡਿਫਰੈਂਸ ਨੋਟ ਕਰੋ, ਹੈ ਨਾ। ਜੇ ਤਾਂ ਤੁਹਾਨੂੰ ਸੇਮ ਡਾਈਟ ਕਰਕੇ ਕੋਈ ਨਾ ਕੋਈ ਫਰਕ ਪੈਂਦਾ ਆ, ਸੋ ਸੇਮ ਡਾਈਟ ਨੂੰ ਕੰਟੀਨਿਊ ਰੱਖੋ। ਜੇ ਤੁਹਾਨੂੰ ਲੱਗਦਾ ਕਿ ਸੇਮ ਡਾਈਟ ਕਰਕੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ, ਸੋ ਥੋੜ੍ਹੇ ਬਹੁਤੇ ਚੇਂਜਸ ਕਰ ਲਓ। ਜਿੱਦਾਂ ਮੰਨ ਲਓ ਜੇ ਤੁਹਾਡਾ ਭਾਰ ਵੱਧ ਗਿਆ ਆ, ਤੁਸੀਂ ਘਟਾਉਣਾ ਚਾਹੁੰਦੇ ਆ, ਸੋ ਜੋ ਮੈਂ ਡਾਈਟ ਖਾਣਾ ਪਿਆ ਜੋ ਤੁਸੀਂ ਡਾਈਟ ਅੱਜ ਦੇਖਦੇ ਪਏ ਆ,
ਉਹਦੇ ਵਿੱਚੋਂ ਥੋੜ੍ਹਾ ਬਹੁਤਾ ਹੈ ਨਾ ਕੱਟ ਡਾਊਨ ਕਰ ਦਿਓ ਕੋਈ ਫੂਡ, ਜਿੱਦਾਂ ਇੱਕ ਮੀਲ ਦੇ ਵਿੱਚੋਂ ਥੋੜ੍ਹਾ ਬਹੁਤਾ ਕੱਟ ਡਾਊਨ ਕਰ ਦਿਓ। ਜਿੱਦਾਂ ਮੈਂ ਹੁਣ 150 ਗ੍ਰਾਮ ਆਂਡੇ ਖਾਣੇ ਆ, ਉਹਦੇ ਤੁਸੀਂ 100 ਗ੍ਰਾਮ ਆਂਡੇ ਕਰ ਦਿਓ। ਜਿੱਦਾਂ ਹੁਣ ਮੈਂ 2 ਆਹ ਟਮਾਟਿਨ ਕਲਾਸਿਕ ਖਾਣ ਲੱਗਾ ਹਾਂ, ਤੁਸੀਂ 1 ਖਾ ਲਓ। ਅਤੇ ਇੱਦਾਂ ਕਰਕੇ ਤੁਸੀਂ ਫੂਡ ਕੱਟ ਡਾਊਨ ਕਰਕੇ ਨੈਕਸਟ ਵੀਕ ਜਦੋਂ ਉਹ ਵਾਲਾ ਸੇਮ ਡਾਈਟ ਫਿਰ ਦੁਬਾਰਾ ਫੋਲੋ ਕਰੋ, ਨੈਕਸਟ ਵੀਕ ਦੇ ਵਿੱਚ ਜਾ ਕੇ ਦੇਖੋ ਜੇ ਕੋਈ ਫਰਕ ਪੈਂਦਾ ਆ। ਜੇ ਨਹੀਂ ਪੈਂਦਾ ਫਿਰ ਮੈਨੂੰ ਹਾਇਰ ਕਰ ਲਓ, ਹੋਰ ਕੀ ਆ, $250 ਹੀ ਆ, ਐਡੀ ਵੀ ਕਿਹੜੀ ਗੱਲ। ਅਤੇ ਜੇ ਫਰਕ ਪੈਂਦਾ ਆ ਸੋ ਸੇਮ ਡਾਇਟ ਕੰਟੀਨਿਊ ਕਰੋ, ਜੇ ਨਹੀਂ ਫਰਕ ਪੈਂਦਾ ਫਿਰ ਥੋੜ੍ਹੇ ਬਹੁਤ ਚੇਂਜਿਸ ਕਰੋ ਆਪਣੀ ਡਾਇਟ ਦੇ ਵਿੱਚ, ਦੈਨ ਕੰਟੀਨਿਊ ਕਰੋ। ਇਹੀ ਮੰਤਰ ਹੁੰਦਾ ਆ, ਕੋਈ ਹੋਰ ਐਡਾ ਜ਼ਿਆਦਾ ਮੰਤਰ ਤਾਂ ਹੈ ਨਹੀਂ ਗਾ ਫੈਟ ਲੋਸ ਦਾ ਜਾਂ ਮਸਲ ਬਿਲਡਿੰਗ ਦਾ। ਘੱਟ ਖਾਊਂਗੇ ਵੇਟ ਲੂਜ਼ ਕਰੂੰਗੇ, ਜ਼ਿਆਦਾ ਖਾਊਂਗੇ ਵੇਟ ਗੇਨ ਕਰੂੰਗੇ, ਨਾਲ ਵਰਕਆਊਟ ਕਰੀ ਜਾਊਂਗੇ ਪ੍ਰੋਪਰਲੀ ਮਸਲ ਗੇਨ ਹੋਊਗੇ, ਜੇ ਵਰਕਆਊਟ ਨਹੀਂ ਕਰੂੰਗੇ ਭਾਰੂ ਦੱਬਦਾ ਹੀ ਜਾਊਂਗੇ ਤਾਂ ਫੈਟ ਗੇਨ ਹੋਊਗੀ। ਇਹੀ ਰੀਜ਼ਨ ਆ, ਇੱਦਾਂ ਹੀ ਚੱਲਦਾ ਬਸ। ਸੋ ਕੋਈ ਜ਼ਿਆਦਾ ਮੰਤਰ ਐਡੇ ਤੰਤਰ ਮੰਤਰ ਹੈ ਨਹੀਂ ਇਸ ਚੀਜ਼ ਦੇ। ਘੱਟ ਖਾਓ ਭਾਰ ਘਟਾਓ, ਵੱਧ ਖਾਓ ਭਾਰ ਵਧਾਓ, ਦੈਟਸ ਇਟ। ਸੋ ਹੁਣ ਪਹਿਲਾ ਮੀਲ ਮੈਂ ਖਾ ਲਵਾਂ, ਦੈਨ ਮੈਂ ਤੁਹਾਨੂੰ ਦਿਖਾਉਣਾ ਮੇਰਾ ਸੈਕਿੰਡ ਮੀਲ ਕੀ ਹੁੰਦਾ ਹੈ। ਓਕੇ ਸੋ ਹੁਣ ਮੈਂ ਆਪਣੀ ਇੱਥੇ ਪਿਕਅਪ 'ਤੇ ਪਹੁੰਚ ਗਿਆ, ਪਿਕਅਪ 'ਤੇ ਪਹੁੰਚ ਕੇ ਮੈਂ ਫੂਡ ਵੀ ਗਰਮ ਕਰ ਲਿਆ ਆ। ਅਤੇ ਅਗਲਾ ਮੀਲ ਹੈਗਾ ਜਿਹੜਾ ਮੇਰਾ, ਇਹਦੇ ਵਿੱਚ ਹੈਗੇ ਆ ਜੀ 150 ਗ੍ਰਾਮ ਐੱਗ ਵਾਈਟਸ, ਅਤੇ ਇੱਕ ਹੈਗਾ ਆ ਇਹਦੇ ਵਿੱਚ ਸਾਬਤਾ ਆਂਡਾ। ਅਤੇ ਮੈਂ ਤੁਹਾਨੂੰ ਥੋੜ੍ਹੀ ਜਿਹੀ ਇਹਨਾਂ ਐੱਗ ਵਾਈਟਸ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣੀ ਚਾਹੁੰਦਾ ਹਾਂ ਕਿ ਜਦੋਂ ਵੀ ਤੁਸੀਂ ਐੱਗ ਵਾਈਟਸ ਖਾਣੇ ਆ, ਕਦੇ ਵੀ ਇੱਦਾਂ ਨਹੀਂ ਕਰਨਾ ਹੈਗਾ ਕਿ ਮੈਂ ਲਾਈਕ ਸਿਰਫ ਐੱਗ ਵਾਈਟਸ ਹੀ ਖਾਵਾਂ, ਬਿਕੋਜ਼ ਜਿਹੜੇ ਐੱਗ ਵਾਈਟਸ ਹੁੰਦੇ ਆ ਇਹਨਾਂ ਦੀ ਜਿਹੜੀ ਅਮੀਨੋ ਪ੍ਰੋਫਾਈਲ ਆ ਇਹ ਪੂਰੀ ਨਹੀਂ ਹੁੰਦੀ ਹੈਗੀ। ਸੋ ਆਲਵੇਜ਼ ਜਦੋਂ ਵੀ ਤੁਸੀਂ ਐੱਗ ਵਾਈਟਸ ਖਾਣੇ ਆ ਵਿੱਚ ਇੱਕ ਆਂਡਾ ਤਾਂ ਜ਼ਰੂਰ ਪਾ ਹੀ ਲੈਣਾ ਆ, ਜੇ ਤੁਸੀਂ ਵੱਧ ਵੀ ਪਾ ਸਕਦੇ ਆ ਤਾਂ ਵੀ ਕੋਈ ਚੱਕਰ ਨਹੀਂ ਹੈਗਾ। ਜਿਹੜਾ ਤੁਹਾਨੂੰ ਕਹਿੰਦਾ ਕਿ ਇਕੱਲੇ ਐੱਗ ਵਾਈਟਸ ਖਾਓ, ਉਹਦੇ ਪਹਿਲਾਂ ਤਾਂ ਮਾਰੋ ਚਿਤੜਾਂ ਦੇ ਲੱਤ ਅਤੇ ਪੁੱਛੋ ਕਿਉਂ। ਜੇ ਅਗਲਾ ਕਹਿੰਦਾ ਆ ਜੀ ਭਾਈ ਕੋਲੈਸਟਰੋਲ ਦਾ ਖਤਰਾ ਹੁੰਦਾ ਆ ਅਤੇ ਫੈਟ ਨਹੀਂ ਖਾਣੀ ਚਾਹੀਦੀ, ਫਿਰ ਉਹਦੀ ਗੀਚੀ ਦੇ ਵਿੱਚ ਵੀ ਇੱਕ ਜ਼ੋਰ ਨਾਲ ਥੱਪੜ ਮਾਰੋ ਅਤੇ ਉਹਨੂੰ ਕਹੋ ਕਿ ਆਪਣੀ ਨਿਊਟ੍ਰੀਸ਼ਨ ਦੀ ਜਿਹੜੀ ਪਹਿਲਾਂ ਸਰਟੀਫਿਕੇਸ਼ਨ ਆ ਉਹ ਭਾਈ ਪੂਰੀ ਕਰ ਲਾ, ਫਿਰ ਸਲਾਹਾਂ ਦੇ, ਠੀਕ ਆ। ਸੋ ਨੈਕਸਟ ਮੀਲ ਆਪਣਾ 150 ਗ੍ਰਾਮ ਐੱਗ ਵਾਈਟਸ, ਇੱਕ ਵਿੱਚ ਆਂਡਾ ਅਤੇ ਅੱਧਾ ਕੱਪ ਆਇਆ ਇਹਦੇ ਵਿੱਚ ਮੈਂ ਮਿਕਸ ਵੈਜੀਟੇਬਲਸ ਦਾ। ਓਕੇ ਸੋ ਹੁਣ ਆਪਾਂ ਮੋਂਟਰੀਆਲ ਦੇ ਆਲਮੋਸਟ ਨੇੜੇ ਜਿਹੇ ਪਹੁੰਚ ਗਏ ਹਾਂ ਅਤੇ ਟਾਈਮ ਹੋ ਗਿਆ ਇਸ ਟਾਈਮ 4:15। ਸੋ ਮਤਲਬ ਕਿ ਟਾਈਮ ਹੋ ਗਿਆ ਜੀ ਹੁਣ ਆਪਣਾ ਅਗਲਾ ਮੀਲ ਖਾਣ ਦਾ। ਅਤੇ ਅਗਲਾ ਮੀਲ ਆਪਣਾ ਹੈਗਾ ਆ ਜੀ ਗ੍ਰੀਕ ਯੋਗਟ ਲੱਸੀ। ਅਤੇ ਇਹਨੂੰ ਬਣਾਉਣ ਦੇ ਲਈ ਆਪਾਂ ਨੂੰ ਚੀਜ਼ਾਂ ਦੀ ਜਿਹੜੀਆਂ ਦੀ ਲੋੜ ਹੈਗੀ ਆ, ਪਹਿਲੀ ਚੀਜ਼ ਹੈਗੀ ਆ ਗ੍ਰੀਕ ਯੋਗਟ 0%, ਇੱਕ ਸ਼ੇਕਰ, ਇੱਕ ਸਕੇਲ ਅਤੇ ਪਾਣੀ ਦੀ ਇੱਕ ਬੋਤਲ। ਅਤੇ ਇਹਨੂੰ ਬਣਾਉਣ ਦਾ ਤਰੀਕਾ ਹੈਗਾ ਆ ਕਿ 325 ਗ੍ਰਾਮ ਗ੍ਰੀਕ ਯੋਗਟ ਇਹਦੇ ਵਿੱਚ ਪਾ ਦਿਓ ਮਿਣਕੇ ਸ਼ੇਕਰ ਦੇ ਵਿੱਚ। ਤਿੰਨ ਸੌ ਪੱਚੀ ਗ੍ਰਾਮ ਦਾ ਮਤਲਬ 325 ਗ੍ਰਾਮ, ਨਾ 326 ਗ੍ਰਾਮ ਅਤੇ ਨਾ ਹੀ 320 ਗ੍ਰਾਮ। 325 ਗ੍ਰਾਮ ਗ੍ਰੀਕ ਯੋਗਟ ਸ਼ੇਕਰ ਦੇ ਵਿੱਚ ਪਾ ਕੇ ਉਹਦੇ ਵਿੱਚ ਪਾਣੀ ਪਾ ਕੇ ਅਤੇ ਗ੍ਰੀਕ ਯੋਗਟ ਲੱਸੀ ਤਿਆਰ। ਅਤੇ ਇਹਦੇ ਵਿੱਚ ਤੁਸੀਂ ਐਂ ਲੂਣ ਪਾ ਸਕਦੇ ਆ, ਜੇ ਤੁਹਾਨੂੰ ਮਿੱਠੀ ਲੱਸੀ ਪਸੰਦ ਆ ਸੋ ਤੁਸੀਂ ਇਹਦੇ ਵਿੱਚ ਸਪਲੈਂਡਾ ਐਡ ਕਰ ਸਕਦੇ ਆ। ਮੈਨੂੰ ਜਸਟ ਇੱਦਾਂ ਹੀ ਨੋਰਮਲ ਲੱਸੀ ਪੀਣੀ ਪਸੰਦ ਆ, ਸੋ ਮੈਂ ਨਾ ਇਹਦੇ ਵਿੱਚ ਲੂਣ ਪਾਇਆ ਆ, ਨਾ ਇਹਦੇ ਵਿੱਚ ਮਿੱਠਾ ਪਾਇਆ ਆ, ਨਾ ਇਹਦੇ ਵਿੱਚ ਕੋਈ ਸਪਲੈਂਡਾ ਐਡ ਕੀਤਾ ਆ। ਅਤੇ ਇਹ ਹੈ ਜੀ ਮੇਰਾ ਤੀਜਾ ਮੀਲ। ਓਕੇ ਸੋ ਹੁਣ ਟਾਈਮ ਹੋ ਗਿਆ ਆ ਜੀ, ਅੰਨੇ ਵਾਹ ਖੁੱਲ ਜਾ, ਅਤੇ 4-5 ਘੰਟੇ ਹੋ ਗਏ ਮੈਂ ਕੁਛ ਖਾਧਾ ਨਹੀਂ ਹੈਗਾ, ਸੋ ਇਸ ਟਾਈਮ ਭੁੱਖ ਵੀ ਲੱਗੀ ਆ ਪੂਰੀ, ਅੰਨੇ ਵਾਹ ਮੈਨੂੰ।
ਅਤੇ ਫਿੱਟ ਟਰੱਕਰ ਦੀ ਆਪਾਂ ਟੀ ਸ਼ਰਟ ਵੀ ਚੇਂਜ ਕਰ ਲਈ ਆ, ਅੰਨੇ ਵਾਹ ਭੁੱਖ ਲੱਗੀ ਆ ਅਤੇ ਹੁਣ ਆਪਾਂ ਮੀਲ ਵੀ ਅੰਨੇ ਵਾਹ ਖਾਵਾਂਗੇ। ਅਤੇ ਮੈਂ ਇੰਨਾ ਟਾਈਮ ਖਾਧਾ ਨਹੀਂ ਕੁਛ ਵੀ, ਬਿਕੋਜ਼ ਮੈਂ ਰਾਹ ਦੇ ਵਿੱਚ ਕਿਤੇ ਰੁਕਿਆ ਨਹੀਂ ਹੈਗਾ, ਮੈਨੂੰ ਕਾਹਲੀ ਸੀਗੀ ਯਾਰਡ ਦੇ ਵਿੱਚ ਪਹੁੰਚਣ ਦੀ। ਸੋ ਹੁਣ ਮੈਂ ਦੋ ਮੀਲ ਆਪਣੇ ਇਕੱਠੀ ਮਿਕਸ ਕਰਕੇ ਇਹ ਵਾਲੇ ਮੀਲ ਦੇ ਵਿੱਚ ਖਾ ਲੂੰਗਾ, ਬਿਕੋਜ਼ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ। ਅਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਉਹ ਮੀਲ ਮੇਰੇ ਹੈਗੇ ਕੀ ਆ। ਸੋ ਫਸਟ ਮੀਲ ਦੇ ਵਿੱਚ ਆਪਣੇ ਕੋਲ ਹੈਗੇ ਆ ਸੇਮ ਉਹੀ 150 ਗ੍ਰਾਮ ਅੰਡੇ ਆ, ਇਹਦੇ ਵਿੱਚ ਇੱਕ ਸਾਬਤਾ ਅੰਡਾ ਆ ਅਤੇ ਅੱਧਾ ਕੱਪ ਹੈਗਾ ਆ ਮਿਕਸ ਵੈਜੀਟੇਬਲਸ ਦਾ। ਅਤੇ ਇਹਨੂੰ ਆਪਾਂ ਕੀ ਕਰਾਂਗੇ, ਇਹਨੂੰ ਮੈਂ ਔਲਰੇਡੀ ਗਰਮ ਕਰ ਲਿਆ ਆ। ਹੁਣ ਮੈਂ ਇਹਨੂੰ ਟੋਰਟੀਟੋਜ਼ ਕਹਿ ਲਓ, ਰੋਟੀ ਕਹਿ ਲਓ, ਨਾਨ ਕਹਿ ਲਓ, ਕੁਛ ਵੀ ਕਹਿ ਲਓ ਅਤੇ ਪੀਤਾ ਕਹਿ ਲਓ, ਸੋ ਇਹਦੇ ਵਿੱਚ ਪਾ ਕੇ ਇਹਦਾ ਮੈਂ ਇੱਕ ਰੈਪ ਬਣਾ ਕੇ ਖਾ ਲੂੰਗਾ। ਪਹਿਲਾ ਮੀਲ ਮੇਰਾ ਇਹ ਆ। ਸੈਕਿੰਡ ਮੀਲ ਮੇਰਾ ਹੈਗਾ ਆ ਜੀ ਓਟਸ, ਇਹਦੇ ਵਿੱਚ ਹੈਗੇ ਆ 45 ਗ੍ਰਾਮ ਓਟਸ, ਇੱਕ ਸਕੂਪ ਵੇ ਪ੍ਰੋਟੀਨ ਦਾ, ਅਤੇ ਅੱਧਾ ਇਹਦੇ ਵਿੱਚ ਮੈਂ ਸੇਮ ਪਾਇਆ ਆ ਅਤੇ ਅੱਧਾ ਸੇਮ ਮੈਂ ਉੱਦਾਂ ਹੀ ਖਾ ਲਿਆ ਸੀਗਾ ਪਹਿਲਾਂ ਜਦੋਂ ਮੈਂ ਤੁਰੇ ਜਾਂਦਾ ਸੀਗਾ ਤੁਰੇ ਜਾਂਦੇ 'ਤੇ। ਸੋ ਇਹ ਆ ਜੀ ਮੇਰਾ ਹੁਣ ਨੈਕਸਟ ਮੀਲ, 45 ਗ੍ਰਾਮ ਓਟਸ, ਇੱਕ ਸਕੂਪ ਵੇ ਪ੍ਰੋਟੀਨ ਦਾ, ਅੱਧਾ ਐਪਲ, 150 ਗ੍ਰਾਮ ਐੱਗ ਵਾਈਟਸ, ਇੱਕ ਅੰਡਾ, ਅੱਧਾ ਕੱਪ ਵੈਜੀਟੇਬਲਸ ਦਾ ਅਤੇ ਇੱਕ ਨਾਲ ਪੀਤਾ ਬ੍ਰੈਡ। ਕਹੇ ਸੁਹਾਣ ਅੰਡਿਆਂ ਨੂੰ ਆਪਾਂ ਇਹਦੇ ਵਿੱਚ ਰੈਪ ਕਰਕੇ ਆ ਟ੍ਰੇਜੀ ਦੇ ਵਿੱਚ ਗਰਮ ਹੋਣਾ ਰੱਖਤਾ ਆ। ਸੋ ਹੁਣ ਜਦੋਂ ਇੱਕ ਪਾਸਾ ਗਰਮ ਹੋ ਜੂਗਾ ਮੈਂ ਸਾਈਡ ਪਲਟ ਕੇ ਦੂਜਾ ਪਾਸਾ ਗਰਮ ਕਰ ਦੂੰਗਾ ਅਤੇ ਇਹ ਖਾ ਲੂੰਗਾ। ਨਾਲੇ ਦੇ ਮੈਂ ਲੈ ਕੇ ਆਉਂਦੀ ਆ ਬਲੈਕ ਕੌਫੀ ਅਗੇਨ, ਅਤੇ ਮੈਂ ਬਲੈਕ ਕੌਫੀ ਹੀ ਜ਼ਿਆਦਾ ਪੀਂਦਾ ਹੁੰਦਾ ਹਾਂ। ਅਤੇ ਜੇ ਤੁਹਾਨੂੰ ਕਿਸੇ ਨੂੰ ਹੈ ਨਾ ਬਲੈਕ ਕੌਫੀ ਨਹੀਂ ਪਸੰਦ, ਸੋ ਤੁਸੀਂ ਕੀ ਕਰ ਸਕਦੇ ਆ, ਤੁਸੀਂ ਕੌਫੀ ਲੈ ਕੇ ਉਹਨਾਂ ਨੂੰ ਕਹਿ ਸਕਦੇ ਇਹਦੇ ਵਿੱਚ 2 ਮਿਲਕ ਪਾ ਦਿਓ ਅਤੇ ਨਾਲ 2 ਸਵੀਟਨਰ ਪਾ ਦਿਓ। ਸੋ ਉਹਦੇ ਨਾਲ ਕੀ ਆ ਕਿ ਜਸਟ 10 ਕੈਲਰੀਆਂ ਹੀ ਆਊਗੀਆਂ। ਇੱਕ ਜਿਹੜਾ ਟੇਬਲ ਸਪੂਨ ਉਹ ਮਿਲਕ ਦਾ ਜਿਹੜੀ ਇੱਕ ਡੱਬੀ ਜੀ ਪਾਉਂਦੇ ਹੁੰਦੇ ਆ ਉਹਦੇ ਵਿੱਚ 5 ਕੈਲਰੀਆਂ ਹੁੰਦੀਆਂ ਆ ਅਤੇ ਕਈਆਂ 'ਚ 10 ਕੈਲਰੀਆਂ ਹੁੰਦੀਆਂ ਆ। ਸੋ ਡਿਪੈਂਡ ਕਰਦਾ ਕਿ ਉਹ ਡੱਬੀ ਕਿੱਡੀ ਕੁ ਵੱਡੀ ਆ। ਸੋ ਜੇ ਉਹ 10 ਕੈਲਰੀਆਂ ਵਾਲੀ ਵੀ ਹੋਈ ਤਾਂ ਵੀ 20 ਕੈਲਰੀਆਂ ਹੀ ਹੋਊਗੀਆਂ ਕੌਫੀ ਦੇ ਵਿੱਚ। ਜੇ ਤੁਸੀਂ ਉਹਦੇ ਵਿੱਚ ਉਹ ਕਰੀਮ ਪਵਾ ਲੈਂਦੇ ਆ ਅਤੇ ਨਾਲ ਸ਼ੂਗਰ ਵੀ ਪਵਾ ਲੈਂਦੇ ਆ ਉਹ ਕੈਲਰੀਆਂ ਜਿਹੜੀਆਂ ਉਹ 100-150 'ਤੇ ਪਹੁੰਚ ਜਾਂਦੀਆਂ ਆ। ਸੋ ਮੇਨ ਗੇਮ ਕੈਲਰੀਜ਼ ਦੀ ਹੀ ਆ ਜੇ ਤੁਹਾਨੂੰ ਬਲੈਕ ਕੌਫੀ ਨਹੀਂ ਪਸੰਦ। ਸੋ 2 ਮਿਲਕ 2 ਸਵੀਟਨਰ ਜਾਂ 3 ਮਿਲਕ 3 ਸਵੀਟਨਰ ਜਿੱਦਾਂ ਵੀ ਤੁਹਾਨੂੰ ਪਸੰਦ ਆ ਤੁਸੀਂ ਉੱਦਾਂ ਕੌਫੀ ਬਣਾ ਕੇ ਤਾਂ ਪੀ ਸਕਦੇ ਆ। ਓਕੇ ਸੋ ਟਾਈਮ ਹੋ ਗਿਆ ਜੀ ਰਾਤ ਦੇ 12:15 ਟੈਟ ਜਗਾ ਲਈਏ ਅਤੇ ਰਾਤ ਦੇ 12:15 ਹੋ ਗਏ ਆ ਅਤੇ ਮੇਰਾ ਯਾਰਡ ਦੀ ਵਾਟ ਇੱਥੋਂ ਹੈਗੀ ਆ ਕੋਈ 1 ਘੰਟੇ ਦੀ ਅਤੇ ਆਪਾਂ ਨੂੰ ਆਲਰੇਡੀ ਯਾਨੀ ਕਿ 12-13 ਘੰਟੇ ਹੋ ਗਏ ਆ ਜਾਗਦਿਆਂ ਨੂੰ ਕੰਮ ਕਰਦਿਆਂ ਨੂੰ। ਅਤੇ ਹੁਣ ਮੈਂ ਆਪਣਾ ਖਾਣ ਲੱਗਾ ਸੀਗਾ ਲਾਸਟ ਮੀਲ ਅਤੇ ਇਦੋਂ ਬਾਅਦ 'ਚ ਮੈਂ ਯਾਰਡ ਦੇ ਵਿੱਚ ਜਾ ਕੇ ਸੌ ਜਾਣਾ ਆ। ਅਤੇ ਲਾਸਟ ਮੀਲ ਮੇਰਾ ਹੈਗਾ ਆ ਕੋਟੇਜ ਚੀਜ਼। ਓਹੋ ਖੜ ਜਾਓ, ਲਾਈਟ ਬੰਦ ਕਰ ਲੈਂਦਾ ਮੈਨੂੰ। ਲਾਸਟ ਮੀਲ ਕੋਟੇਜ ਚੀਜ਼ ਆ, 1% ਫੈਟ ਆ ਇਹਦੇ ਵਿੱਚ ਅਤੇ ਉੱਦਾਂ ਇਹ ਪੂਰੀ ਡੱਬੀ ਦੇ ਵਿੱਚ 500 ਗ੍ਰਾਮ ਕੋਟੇਜ ਚੀਜ਼ ਹੁੰਦੀ ਆ ਬਟ ਮੈਂ ਖਾਂਦਾ ਹੈ ਸਿਰਫ 250 ਗ੍ਰਾਮ ਕੋਟੇਜ ਚੀਜ਼। ਸੋ ਮਤਲਬ ਕਿ ਅੱਧੀ ਡੱਬੀ ਆਹ ਵਾਲੀ ਖਾ ਲੈਣੀ ਆ ਹੁਣ ਮੈਂ। ਅੱਧੀ ਡੱਬੀ ਕੱਲ੍ਹ ਖਾ ਲਈ ਸੀਗੀ, ਅੱਧੀ ਡੱਬੀ ਬਚੀ ਆ, ਉਹ ਮੈਂ ਬਚੀ ਖੁਚੀ ਹੁਣ ਖਾ ਲੈਣੀ ਆ ਅਤੇ ਇਦੋਂ ਬਾਅਦ 'ਚ ਜਾੜ ਦੇ ਵਿੱਚ ਜਾ ਕੇ ਘੰਟੇ ਦੇ ਵਿੱਚ ਮੈਂ ਸੌ ਜਾਣਾ ਆ। ਅਤੇ ਇੱਕ ਮੈਂ ਛੋਟੀ ਜਿਹੀ ਗੱਲ ਸ਼ੇਅਰ ਕਰਨੀ ਚਾਹੁੰਦਾ ਤੁਹਾਡੇ ਸਾਰਿਆਂ ਦੇ ਨਾਲ ਕਿ ਫਿੱਟ ਟਰੱਕਰ ਮੈਂ ਚੈਨਲ ਦਾ ਨਾਂ ਕਾਹਤੇ ਰੱਖਿਆ ਆ ਅਤੇ ਮੈਂ ਡਾਇਟ ਵਗੈਰਾ ਦੀਆਂ ਵੀਡੀਓ ਕਾਹਤੇ ਸ਼ੇਅਰ ਕਰਦਾ ਹਾਂ ਅਤੇ ਮੈਂ ਉੱਦਾਂ ਵੀ ਲਾਈਕ ਜਿਹੜੀਆਂ ਕਿ ਚੱਲਦੀਆਂ ਨਹੀਂ ਹੈਗੀਆਂ ਨਾ, ਲੋਕ ਦੇਖਣਾ ਪਸੰਦ ਨਹੀਂ ਕਰਦੇ, ਬਟ ਮੈਂ ਫੇਰ ਵੀ ਜ਼ਿਆਦਾ ਪ੍ਰੈਫਰੈਂਸ ਇਸੀ ਚੀਜ਼ ਨੂੰ ਦਿੰਦਾ ਹਾਂ ਕਿ ਮੈਂ ਜਿੰਨੀ ਫਿਟਨੈਸ ਪ੍ਰਮੋਟ ਕਰ ਸਕਾਂ ਆਪਣੇ ਚੈਨਲ ਦੇ ਉੱਤੇ ਮੈਂ ਉਨੀ ਜ਼ਿਆਦਾ ਫਿਟਨੈਸ ਪ੍ਰਮੋਟ ਕਰ ਕਰਾਂ ਹੈ ਨਾ। ਬਿਕੋਜ਼ ਚੱਕਰ ਕੀ ਆ ਕਿ ਜਿਹੜੀ ਬੋਡੀ ਆ ਇਹ ਇੱਕ ਹਿਸਾਬ ਦਾ ਮੰਦਰ ਜਾਂ ਗੁਰਦੁਆਰਾ ਸਮਝ ਲਓ ਇਹਨੂੰ ਹੈ ਨਾ। ਜਿੱਦਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਜਿੱਥੇ ਗੋਟਕਾ ਸਾਹਿਬ ਰੱਖੇ ਹੁੰਦੇ ਆ ਜਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਦੋਂ ਸੇਵਾ ਕਰਦੇ ਆ ਅਤੇ ਉਹਨਾਂ ਦੀ ਦੇਖਭਾਲ ਕਰਦੇ ਆ, ਉੱਦਾਂ ਹੀ ਆਪਣੀ ਬੋਡੀ ਦੀ ਵੀ ਦੇਖਭਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ। ਰੱਬ ਨੇ ਬੋਡੀ ਬਣਾ ਕੇ ਦੇ ਦਿੱਤੀ ਆ, ਇਹਨੂੰ ਸਾਂਭਣਾ ਆਪਣਾ ਕੰਮ ਆ। ਮੈਂ ਅੱਗੇ ਵੀ ਜਿੱਦਾਂ ਕਹਿ ਹਟਿਆ ਆ ਕਿ ਜਦੋਂ ਨਾ ਮੰਨ ਲਓ ਕਿ ਤੁਹਾਨੂੰ ਇੱਕੋ ਇੱਕ ਗੱਡੀ ਦੇ ਦਿੱਤੀ ਆ ਅਤੇ ਤੁਸੀਂ ਸਾਰੀ ਉਮਰ ਉਹੀ ਗੱਡੀ ਚਲਾਉਣੀ ਆ ਅਤੇ ਤੁਸੀਂ ਉਸ ਗੱਡੀ ਦੀ ਕਿੰਨੀ ਜ਼ਿਆਦਾ ਟੇਕ ਕੇਅਰ ਕਰਕੇ ਰੱਖੋਗੇ, ਵਧੀਆ ਉਹਦੇ ਵਿੱਚ ਤੇਲ ਪਾਉਂਗੇ, ਲਾਈਕ ਵਧੀਆ ਟਾਈਮ 'ਤੇ ਉਹਦੀ ਸਰਵਿਸ ਕਰਾਉਂਗੇ, ਸਾਰਾ ਕੁਛ ਉਹਦੇ ਨਾਲ ਪ੍ਰੋਪਰ ਕਰੂੰਗੇ, ਬਿਕੋਜ਼ ਤੁਹਾਨੂੰ ਪਤਾ ਕਿ ਸਾਰੀ ਉਮਰ ਤੁਸੀਂ ਇਹੀ ਗੱਡੀ ਚਲਾਉਣੀ ਆ। ਸੋ ਤੁਹਾਡੀ ਬੋਡੀ ਦਾ ਵੀ ਇਹੀ ਕੰਮ ਆ ਕਿ ਤੁਹਾਨੂੰ ਇੱਕੋ ਇੱਕ ਬੋਡੀ ਦਿੱਤੀ ਹੈ ਰੱਬ ਨੇ, ਤੁਸੀਂ ਸਾਰੀ ਉਮਰ ਇਹਦੇ ਨਾਲ ਹੀ ਬੁੱਤਾ ਲਾਉਣਾ ਆ। ਕੋਈ ਇੱਦਾਂ ਨਹੀਂ ਹੈਗਾ ਕਿ ਹੁਣ
ਆਹ ਬੋਡੀ ਦੇ ਵਿੱਚ ਗੰਦ ਮੰਦ ਸੈੱਟ ਲਿਆ ਆ, ਇਹ ਬੋਡੀ ਖਰਾਬ ਕਰ ਲਈ ਆ, ਅਤੇ ਦੈਨ ਥੋੜ੍ਹੇ ਚਿਰ ਬਾਅਦ ਆਹ ਵਾਲੀ ਬੋਡੀ ਵੇਚ ਕੇ ਆਪਾਂ ਨਵੀਂ ਬੋਡੀ ਬਾਏ ਕਰ ਲਵਾਂਗੇ, ਇਹਦੇ ਨਾਲ ਹੀ ਰਹਿਣਾ ਆ ਤੁਸੀਂ। ਸੋ ਇਹਨੂੰ ਐਜ਼ ਆ ਮੰਦਰ, ਐਜ਼ ਆ ਵਧੀਆ ਕਾਰ ਟ੍ਰੀਟ ਕਰੋ, ਜਿੱਦਾਂ ਤੁਸੀਂ ਆਪਣੀਆਂ ਗੱਡੀਆਂ ਨੂੰ ਟ੍ਰੀਟ ਕਰਦੇ ਆ, ਆਪਣੀ ਬੋਡੀ ਨੂੰ ਉਦੋਂ ਵਧੀਆ ਤਰੀਕੇ ਨਾਲ ਟ੍ਰੀਟ ਕਰੋ, ਬਿਕੋਜ਼ ਤੁਹਾਡਾ ਸਰੀਰ ਆ ਤੁਹਾਡੇ ਨਾਲ ਹੀ ਰਹਿਣਾ ਆ ਸਾਰੀ ਉਮਰ। ਅਤੇ ਜੇ ਮੰਨ ਲਓ ਕੱਲ੍ਹ ਬਿਮਾਰ ਹੁੰਦੇ ਆ, ਬੋਡੀ ਆਪਣੀ ਖਰਾਬ ਵੀ ਕਰਦੇ ਆ, ਤਾਂ ਵੀ ਦੁੱਖ ਤਕਲੀਫ ਤੁਹਾਨੂੰ ਹੀ ਹੋਣੀ ਆ। ਉਦੋਂ ਬਾਅਦ 'ਚ ਰੱਬ ਨੂੰ ਘੋਸਣ ਨਾਲੋਂ ਚੰਗਾ ਆ ਕਿ ਪਹਿਲਾਂ ਪਹਿਲਾਂ ਹੀ ਆਪਣੀ ਬੋਡੀ ਦਾ ਖਿਆਲ ਰੱਖ ਲਓ। ਅਤੇ ਬੜਾ ਸਿਆਣਾ ਉੱਦਾਂ ਮੈਂ ਨਾ ਬਣਾ, ਬਟ ਫਿਰ ਵੀ ਸਿਆਣੀਆਂ ਗੱਲਾਂ ਕਰਨੀਆਂ ਜ਼ਰੂਰੀ ਆ। ਅਤੇ ਜਿੱਦਾਂ ਮੰਨ ਲਓ ਕੋਈ ਬੰਦਾ ਯਾਰ ਹੋਸਪਿਟਲ ਦੇ ਵਿੱਚ ਚਲ ਜਾਂਦਾ ਹੈ, ਹੈ ਨਾ, ਉੱਥੇ ਜਾ ਕੇ ਉਹਨੂੰ ਪਤਾ ਲੱਗਦੀ ਆ ਆਪਣੀ ਬੋਡੀ ਦੀ ਅਹਿਮੀਅਤ, ਆਪਣੀ ਸਿਹਤ ਦੀ ਅਹਿਮੀਅਤ। ਰੱਬ ਨਾ ਕਰੇ ਤੁਸੀਂ ਕੱਲ੍ਹ ਨੂੰ ਨਾ ਬਿਮਾਰ ਹੋਵੋ, ਬਟ ਜੇ ਹੋਏ ਉਦੋਂ ਤੁਹਾਨੂੰ ਪਤਾ ਲੱਗਣੀ ਆ ਆਪਣੀ ਬੋਡੀ, ਆਪਣੇ ਸਰੀਰ ਦੀ ਅਸਲੀ ਅਹਿਮੀਅਤ, ਜਦੋਂ ਦਵਾਈਆਂ ਖਾਣੀਆਂ ਪੈਂਦੀਆਂ ਆ। ਅਤੇ ਮੈਂ ਆਪਣੀ ਬੋਡੀ ਦੀ ਟੇਕ ਕੇਅਰ ਕਿਉਂ ਕਰਨ ਲੱਗਾ ਹਾਂ, ਬਿਕੋਜ਼ ਮੈਨੂੰ ਪਤਾ ਹੈ ਨਾ ਮੇਰੇ ਘਰ ਦੇ ਇੰਨਾ ਇੰਨਾ ਫੱਕਾ ਖਾਂਦੇ ਆ ਦਵਾਈਆਂ ਦਾ, ਉਹਨਾਂ ਦਾ ਸਾਡੀ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ, ਪਤਾ ਨਹੀਂ ਕੀ ਆ। ਅਤੇ ਐਂਡ 'ਤੇ ਆ ਕੇ ਇਹ ਕਹਿੰਦੇ ਰੱਬ ਨੇ ਸਾਨੂੰ ਪਤਾ ਨਹੀਂ ਕਾਹਤੇ ਇਹ ਬਿਮਾਰੀਆਂ ਲਾਈਆਂ ਆ। ਉਹਨਾਂ ਨੂੰ ਸਮਝਾਉਣ ਦੀ ਟਰਾਈ ਕੀਤੀ ਕਿ ਖਾਣਾ ਪੀਣਾ ਆਪਣਾ ਸਹੀ ਰੱਖੋ, ਆਪ ਹੀ ਸਹੀ ਹੋਜੂਗੇ, ਬਟ ਤੁਹਾਨੂੰ ਪਤਾ ਹੀ ਆਪਣੇ ਘਰਦਿਆਂ ਦਾ ਨਹੀਂ ਸਮਝਦੇ। ਬਟ ਚਲੋ ਕੋਈ ਨਹੀਂ, ਤੁਸੀਂ ਆਪਣੀ ਸਿਹਤ ਦਾ ਖਿਆਲ ਰੱਖੋ, ਰੱਬ ਨਾ ਕਰੇ ਤੁਹਾਡੀ ਸਿਹਤ ਕਦੇ ਖਰਾਬ ਹੋਵੇ, ਬਟ ਜੇ ਤੁਸੀਂ ਗੰਦ ਮੰਦ ਖਾਂਦੇ ਰਹੇ ਰੱਬ ਵੀ ਕੁਛ ਨਹੀਂ ਕਰ ਸਕਦਾ, ਤੁਹਾਡੀ ਸਿਹਤ ਖਰਾਬ ਹੋਣੀ ਹੋਣੀ ਆ। ਸੋ ਇਹ ਤੋਂ ਬੈਟਰ ਇਹੀ ਆ ਕਿ ਇਹਦਾ ਖਿਆਲ ਰੱਖੋ, ਬਿਕੋਜ਼ ਜਦੋਂ ਤੁਸੀਂ ਗੰਦ ਮੰਦ ਖਾਂਦੇ ਆ ਉਹਦਾ ਜਿਹੜਾ ਸਵਾਦ ਆ ਉਹ ਜੀਵ 'ਤੇ ਜਸਟ 5 ਮਿੰਟ ਰਹਿੰਦਾ ਆ, ਅਤੇ ਤੁਹਾਡੀ ਬੋਡੀ ਜਿਹੜੀ ਆ ਉਹ ਹਮੇਸ਼ਾ ਹੀ ਸਫ਼ਰ ਕਰਦੀ ਆ। ਸੋ ਜਸਟ 5 ਮਿੰਟ ਦੇ ਸਵਾਦ ਲਈ ਆਪਣੀ ਐਡੀ ਵੱਡੀ ਜੀਵ, ਸਵਾਦ ਤਾਂ ਸਿਰਫ ਜੀਵ 'ਤੇ ਆ, ਇੰਨੀ ਕੁ ਜੀਵ ਆ ਅਤੇ 5-6 ਫੁੱਟ ਦਾ ਸਰੀਰ ਆ, ਤੁਸੀਂ ਸਿਰਫ ਇੰਨੀ ਕੁ 5-6 ਇੰਚ ਦੀ ਚੀਜ਼ ਬਦਲੇ, 5-6 ਇੰਚ ਦੀ, ਹਾਂ 5-6 ਇੰਚ ਦੀ ਹੋਣੀ ਆ ਬਿਕੋਜ਼ ਅੰਦਰ ਨੂੰ ਹੁੰਦੀ ਆ, ਓਕੇ 5-6 ਇੰਚ ਦੀ ਚੀਜ਼ ਬਦਲੇ ਤੁਸੀਂ ਆਪਣੀ 5-6 ਫੁੱਟ ਦੀ ਬੋਡੀ ਨੂੰ ਸਫ਼ਰ ਕਰਾ ਰਹੇ ਹਾਂ। ਸੋ ਈਟ ਹੈਲਥੀ, ਸਟੇ ਹੈਲਥੀ, ਵਰਕਆਊਟ ਕਰੋ, ਆਪਣੀ ਬੋਡੀ ਨੂੰ ਯੂਜ਼ ਕਰੋ, ਆਪਣੀ ਬੋਡੀ ਦਾ ਖਿਆਲ ਰੱਖੋ, ਬਿਕੋਜ਼ ਬੋਡੀ ਇਹ ਖਿਆਲ ਰੱਖਣ ਨੂੰ ਹੀ ਦਿੱਤੀ ਆ ਤੁਹਾਨੂੰ ਰੱਬ ਨੇ। ਅਤੇ ਇਸੇ ਨੋਟ 'ਤੇ ਆਪਾਂ ਅੱਜ ਦੀ ਵੀਡੀਓ ਜਿਹੜੀ ਆ ਇਹ ਵੀ ਫਿਨਿਸ਼ ਕਰਦੇ ਹਾਂ, ਅਤੇ ਮਿਲਦਾ ਹੁਣ ਮੈਂ ਤੁਹਾਨੂੰ ਆਪਣੀ ਅਗਲੀ ਵੀਡੀਓ ਦੇ ਵਿੱਚ ਜਾ ਕੇ। ਅਤੇ ਜੇ ਤੁਹਾਨੂੰ ਮੇਰੀਆਂ ਕਹੀਆਂ ਹੋਈਆਂ ਗੱਲਾਂ ਵਧੀਆ ਲੱਗੀਆਂ, ਡਾਇਟ ਵਧੀਆ ਲੱਗੀ, ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ, ਜੇ ਹੋ ਸਕਦਾ ਆ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ। ਅਤੇ ਆਪਾਂ ਮਿਲਦੇ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।